द हरप्रीत सिंह शो दे अज दे इस रिलीजियस सैगमेंट विच आप सब दा करदा हां हार्दिक स्वागत। अज दे इस प्रोग्राम विच मेरा साथ देणगे भाई जसबीर सिंह जी, जिहड़े साडे मेहमान ने गुरुद्वारा अकाली सिंह सिख सोसाइटी वैंकूवर तों। भाई साहब नाल असीं सीरीज शुरू कीती है जिस विच कि असीं गुरु गोबिंद सिंह जी दे संबंध विच उहनां दी बहुपक्खी शख्सियत जो है उस विचों की सीखना है उस उत्ते फोकस कर रहे हैं, पर नाल ही उह गल्लां दे उत्ते वी गलबात चल रही है, खास तौर उत्ते उह सवाल जिहड़े तुहाडे वल्लों भेजे गए ते नाल नाल किस तरीके नाल भाव अर्थ सानूं समझण दी किसी भी शब्द की लोड़ है। आओ इसी सफर विच मुड़ तो तुहानू जोड़दे हां ते कुछ ऐसे शब्द जिन्हां दे बारे भाई साहब नाल असीं पिछले प्रोग्राम विच गलबात कीती सी उस दे बारे होर चंगे तरीके नाल समझ दे कोशिश करदे हां। स्वागत करदे हां भाई जसबीर सिंह जी दा। भाई साहब जी जय हिंद जी। वाहिगुरु जी का खालसा वाहिगुरु जी की फतेह जी। सो एक शब्द दा व्याख्या असीं कर रहे सी एक प्रोग्राम दे विच, थोड़ी जिही रह गई सी ओह जिहदे विच कि भाव अर्थ दा तुसीं कहा कि इंपोर्टेंस जिहड़ी है सानूं ओह समझण दी लोड़ है, क्योंकि गुरु साहब तां दृशांत लै के पर किस प्रसंग विच गल कर रहे ने उत्ते तुसीं फोकस कीता सी, पर आम तौर ते यही हुंदा है कि असीं शब्द सुन लैंदे आ ते उस नाल असीं जुड़ लैंदे ते समझने कि गुरु साहब ही कह रहे, बल्कि हुण तां कई वार प्रचारक वी जिहड़े ने उही शब्दों की वरतों करदे ने ते फिर उस चीज़ नाल जोड़ दिंदे ने जिहड़ी उत्थे संगत बैठी हुंदी है। शब्द सी जिस बारे असीं गल कर रहे सी कि केसां नाल खिंच के तुहानूं लिजाया जाएगा। एक पासे असीं कहिंदे आ निरभउ निरवैर दा गुरु दा संकल्प जिहड़ा साडे 'च पाया गया, लेकिन दूसरे पासे जदों असीं इहो जी चीज़ नूं अगे प्रेजेंट करांगे तां की असीं अपनी आने वाली पनीरी नूं जोड़ सकांगे? किस संदर्भ विच इस शब्द की वरतों की गई, इस बारे आओ थोड़ी चर्चा करते हैं जी। जिहड़ा असीं पहलां जिस जिक्र किया सीगा कि गुरु ग्रंथ साहिब विच जिहड़े इहो जे शब्द आ जी जिन्हां च नरक सुरग दा जमदूत दा शब्द वरते गए आ, इह मुख रूप विच तीन इहनां दे पिछे कारण जिहड़े आ सानूं समझ आउंदे सिर पकड़ 'च आउंदे आ जी। ਇੱਕ ਤਾਂ ਇਹ ਹੈ ਕਿ ਇੱਕ ਮੁਹਾਵਰੇ ਦੇ ਰੂਪ ਵਿੱਚ ਸ਼ਬਦ ਵਰਤੇ ਗਏ ਆ ਜੀ, ਜਿਸ ਤਰ੍ਹਾਂ ਅੱਜ ਵੀ ਈਵਨ ਅਸੀਂ ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਅਸੀਂ ਕਹਿੰਦੇ ਹਾਂ ਸੁਰਗ ਸੁਧਾਰ ਗਿਆ। ਇਹ ਆਮ ਜਿਹੜਾ ਖਾਸ ਤੌਰ 'ਤੇ ਅਸੀਂ ਭਾਰਤ ਵਿੱਚ ਰਹਿੰਦੇ ਹਾਂ, ਹਿੰਦੂ ਵੀਰ ਸਾਡੇ ਆਪਣੇ ਸਿੱਖ ਭਰਾ ਜੀ ਆਮ ਇਹ ਸ਼ਬਦ ਵਰਤ ਲੈਂਦੇ ਹਾਂ ਕਿ ਉਹ ਸੁਰਗ ਸੁਧਾਰ ਗਿਆ। ਨਹੀਂ ਇੱਕ ਇੱਕ ਰੂੜ ਹੋ ਗਿਆ ਨਾ ਸ਼ਬਦਾਂ 'ਚ ਕਿ ਭਾਵ ਇਹ ਕਿ ਉਹ ਬੰਦਾ ਮਰ ਗਿਆ ਜੀ, ਅਸੀਂ ਉਹ ਮਰ ਗਏ ਸ਼ਬਦ ਨਹੀਂ ਵਰਤਦੇ ਰਾਈਟ, ਅਸੀਂ ਸੁਰਗ ਸੁਧਾਰ ਗਏ ਸ਼ਬਦ ਵਰਤ ਲੈਂਦੇ ਹਾਂ। ਇਹਦਾ ਕੋਈ ਅੱਖਰੀ ਅਰਥ ਨਹੀਂ ਕਿ ਉਹ ਸੁਰਗ ਚਲਾ ਗਿਆ, ਠੀਕ ਹੈ। ਜਦੋਂ ਅਸੀਂ ਯਕੀਨ ਸਿੱਧਾ ਅੰਡਰਸਟੂਡ ਆ ਕਿ ਇਹਦਾ ਭਾਵ ਆ ਕਿ ਆਦਮੀ ਮਰ ਗਿਆ ਰਾਈਟ, ਤਾਂ ਗੁਰਬਾਣੀ ਵਿੱਚ ਇਹ ਸ਼ਬਦ ਜਿਹੜੇ ਆ ਇਸ ਰੂਪ ਵਿੱਚ ਵੀ ਵਰਤੇ ਗਏ ਆ। ਕਿਤੇ ਕਿਤੇ ਗੁਰਬਾਣੀ 'ਚੋਂ ਕਿ ਕਾਵਿ ਦੇ ਵਿੱਚ ਆ ਜੀ, ਅਲੰਕਾਰਾਂ ਦਾ ਕਾਵਿ ਵਿੱਚ ਇੱਕ ਵਿਸ਼ੇਸ਼ ਥਾਂ ਹੁੰਦਾ, ਔਰ ਕਿਤੇ ਕਿਤੇ ਇਹ ਸ਼ਬਦ ਅਲੰਕਾਰ ਰੂਪ ਵਿੱਚ ਵਰਤੇ ਗਏ ਆ ਜੀ। ਔਰ ਜ਼ਿਆਦਾਤਰ ਜਿਹੜੇ ਇਹਨਾਂ ਸ਼ਬਦਾਂ ਦੀ ਵਰਤੋਂ ਜਿਹੜੇ ਜਿਨ੍ਹਾਂ ਜਿਸ ਵਰਗ ਨਾਲ ਜਿਸ ਸ਼੍ਰੇਣੀ ਨਾਲ ਗੁਰੂ ਸਾਹਿਬਾਨ ਦਾ ਵਾਹ ਪਿਆ ਉਹ ਜ਼ਿਆਦਾਤਰ ਇਹਨਾਂ ਵਿੱਚ ਵਿਸ਼ਵਾਸ ਕਰਨ ਵਾਲੀ ਸੀ, ਠੀਕ। ਉਹਨਾਂ ਲੋਕਾਂ ਨੂੰ ਗੁਰਬਾਣੀ ਦਾ ਸੱਚ ਜਾਂ ਗੁਰਬਾਣੀ ਦੇ ਜੀਵਨ ਯੁੱਗ ਸਮਝਾਉਣ ਲਈ ਉਸ ਪੱਧਰ ਤੋਂ ਹੀ ਗੱਲ ਸ਼ੁਰੂ ਕਰਨ ਦੀ ਜ਼ਰੂਰਤ ਸੀ। ਜੇਕਰ ਤੁਸੀਂ ਇੱਕ ਬੱਚਾ ਜਿਹੜਾ ਪਹਿਲੀ ਜਮਾਤ ਦਾ ਬੱਚਾ ਉਹਨੂੰ ਤੁਸੀਂ PhD ਦੀ ਪੜ੍ਹਾਈ ਕਰਾਉਣ ਲੱਗ ਪਓਗੇ ਤਾਂ ਪੱਲੇ ਕੁਛ ਨਹੀਂ ਪਊਗਾ, ਬਿਲਕੁਲ। ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹੋ ਵੀ ਉਸਨੂੰ ਇੱਕਦਮ ਜਿਹੜਾ ਉਹ ਸਾਰਾ ਗਿਆਨ ਦੇ ਦੇਵਾਂ ਜੀ, ਜਿੱਥੇ ਉਹਨੇ ਕੱਲ੍ਹ ਨੂੰ ਪਹੁੰਚਣਾ ਆਉਣ ਵਾਲੇ ਸਮੇਂ ਪਹੁੰਚਣਾ, ਮੈਂ ਅੱਜ ਹੀ ਪਹੁੰਚਾ ਦੇਵਾਂ, ਤਾਂ ਉਹਦਾ ਸਿੱਟਾ ਕੁਝ ਵੀ ਨਹੀਂ, ਉਹਦੇ ਪੱਲੇ ਕੁਛ ਵੀ ਨਹੀਂ ਪੈਣ ਲੱਗਾ। ਤੁਹਾਨੂੰ ਪਹਿਲਾਂ ਊੜੇ ਤੋਂ ਸ਼ੁਰੂ ਕਰਨਾ ਪੈਣਾ ਜੀ, ਉਹ ਸਹਿਜੇ ਸਹਿਜੇ ਜਿਵੇਂ ਜਿਵੇਂ ਸਮਝਦਾ ਤਿਵੇਂ ਤਿਵੇਂ ਜਿਹੜੇ ਆ। ਤੁਸੀਂ ਵੀ ਦੇਖੋ ਕਈ ਜਿਹੜੇ ਸਵਾਲ ਹੁੰਦੇ ਆ, ਕਈ ਕਹਾਣੀਆਂ ਜਿਹੜੀਆਂ ਹੁੰਦੀਆਂ ਉਹ ਤੀਜੀ ਚੌਥੀ ਜਮਾਤ ਵਿੱਚ ਵੀ ਉਹੀ ਕਹਾਣੀ ਹੁੰਦੀ ਆ, ਔਰ ਉਹੀ ਕਹਿਣੀ ਕਿਵੇਂ ਦਸਵੀਂ ਕਲਾਸ ਵਿੱਚ ਵੀ ਉਹੀ ਹੁੰਦੀ ਆ, ਕਈ ਬਿਨਾਂ BA ਵਿੱਚ ਵੀ ਕਿਵੇਂ ਨਾ ਉਹੀ ਚੀਜ਼ ਹੁੰਦੀ ਆ। ਪਰ ਜਿਵੇਂ ਜਿਵੇਂ ਕਲਾਸ ਜਿਹੜੀ ਆ ਉਹ ਉਚੇਰੀ ਸ਼੍ਰੇਣੀ ਵਿੱਚ ਜਿਹੜੀ ਗੱਲ ਹੁੰਦੀ ਆ ਉਹ ਕਹਾਣੀ ਆਉਂਦੀ ਆ, ਤਿਵੇਂ ਤਿਵੇਂ ਉਹਦੇ ਸਵਾਲ ਜਿਹੜੇ ਉਹ ਸੂਖਸ਼ਮ ਹੁੰਦੇ ਜਾਂਦੇ ਆ, ਠੀਕ। ਸਵਾਲ ਉਸੇ ਕਹਾਣੀ ਦੇ ਦੂਜੀ ਤੀਜੀ ਜਮਾਤ ਵਾਲੀ ਵੀ ਉਹਨੂੰ ਵੀ ਉਹਦੇ ਸਵਾਲ ਪੁੱਛੇ ਜਾਂਦੇ ਆ, ਪੰਜਵੀਂ ਦਸਵੀਂ ਜਮਾਤ ਵੱਲੋਂ MA ਦੀ ਕਲਾਸ ਨੂੰ ਵੀ। ਪਰ ਜਿਵੇਂ ਜਿਵੇਂ ਕਲਾਸ ਜਿਹੜੀ ਆ ਵਿਦਿਆਰਥੀ ਉਚੇਰੀ ਕਲਾਸ ਵਿੱਚ ਪਹੁੰਚਦਾ ਜੀ, ਤਿਵੇਂ ਤਿਵੇਂ ਉਹਦੇ ਵਿੱਚ ਸੂਖਸ਼ਮਤਾ ਆਉਂਦੀ ਜਾਂਦੀ ਆ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਜਿੱਥੋਂ ਆਮ ਬੰਦੇ ਪੱਧਰ ਦੀ ਗੱਲ ਕੀਤੀ ਹੋਈ ਆ ਤਾਂ ਇਹ ਆਮ ਦ੍ਰਿਸ਼ਟਾਂਤ ਦਿੱਤੇ ਹੋਏ ਆ। ਇਸ ਲਈ ਅਸੀਂ ਦੇਖਦੇ ਹਾਂ ਕਿ ਜਦੋਂ ਵਿਦਵਾਨ ਵਰਗ ਨਾਲ ਗੁਰੂ ਸਾਹਿਬ ਗੱਲ ਕਰ ਰਹੇ ਆ ਜੀ ਉੱਥੇ ਤੁਹਾਨੂੰ ਕੁਝ ਵੀ ਐਸਾ ਨਹੀਂ ਮਿਲੇਗਾ, ਠੀਕ। ਉੱਥੇ ਤੁਹਾਨੂੰ ਜਿਹੜੀ ਉਸ ਬੌਧਿਕ ਤਲ ਦੀ ਜਿਹੜੀ ਗੱਲ ਆ ਚਰਚਾ ਜਿਹੜੀ ਆ
ਉਸ ਚਰਚਾ ਦਾ ਆਧਾਰ ਹੀ ਗੁਰੂ ਸਾਹਿਬ ਬਣਾ ਕੇ ਉਹਨੂੰ ਉਹ ਗੱਲ ਸਮਝਾ ਰਹੇ ਆ। ਜੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਆ ਕਿ ਸਹਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੈ ਕਰਿਆ ਆ। ਇਹ ਸਾਰਾ ਸ਼ਲੋਕ ਜਿਹੜਾ ਹਿੰਦੂ ਮਥਿਆਲੋਜੀ ਜਿਹੜੀ ਉਹਨਾਂ ਦੀ ਪ੍ਰਚਲਿਤ ਕਹਾਣੀ ਆ ਗੁਰੂ ਸਾਹਿਬਾਨ ਉਹਦਾ ਜ਼ਿਕਰ ਕਰ ਰਹੇ ਆ। ਜੀ ਕਰ ਕਿਹਦੇ ਲਈ ਇਹ ਕਿਉਂ ਦੇ ਰਹੇ ਆ? ਸਿਰਫ ਇਹ ਗੱਲ ਸਮਝਾਉਣ ਲਈ। ਜਦੋਂ ਅਖੀਰ ਵਿੱਚ ਕਹਿੰਦੇ ਆ ਕਿ ਨਾਨਕ ਦੁਖੀਆ ਸਭ ਸੰਸਾਰ ਮਨੇ ਨਾਉ ਸੋਈ ਜਿਨ ਜਾਏ ਔਰੀ ਕਰੁਣਾ ਲੇਖਲ। ਜੀ ਇਹ ਅਖੀਰ ਵਿੱਚ ਦੱਸਣ ਲਈ ਗੁਰੂ ਸਾਹਿਬ ਪ੍ਰਚਲਿਤ ਕਹਾਣੀਆਂ ਦੱਸ ਰਹੇ, ਜਿਹੜਾ ਉਹਨਾਂ ਦਾ ਹਵਾਲਾ ਦੇ ਰਹੇ ਆ। ਜੀ ਗੁਰੂ ਸਾਹਿਬ ਇੱਥੇ ਇਹਨਾਂ ਉੱਤੇ ਕੋਈ ਮੋਹਰ ਨਹੀਂ ਲਾ ਰਹੇ ਕਿ ਇਹ ਕਹਾਣੀਆਂ ਸੱਚਮੁੱਚ ਇਹ ਇਤਿਹਾਸਕ ਇਹਨਾਂ ਦਾ ਪਿਛੋਕੜ ਆ ਜਾਂ ਮਿਥਿਹਾਸਕ ਆ। ਇੱਥੇ ਇਸ ਵਹਿਸ਼ ਦਾ ਵਿਸ਼ਾ ਇਹ ਨਹੀਂ ਕਿ ਇਹ ਮਿਥਿਹਾਸ ਆ ਜਾਂ ਇਤਿਹਾਸ ਆ। ਜੀ ਇੱਥੇ ਕੇਵਲ ਜੋ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਕਹਾਣੀਆਂ ਘਰ ਘਰ ਚੁੱਕੀਆਂ ਹੋਈਆਂ, ਜਿਹੜੀਆਂ ਕਿ ਉਹ ਸੁਣਦੇ ਆਏ ਆ, ਬਚਪਨ ਤੋਂ ਸੁਣਦੇ ਆਏ ਆ, ਗੁਰੂ ਸਾਹਿਬਾਨ ਉਹਨਾਂ ਦੀਆਂ ਉਦਾਹਰਨਾਂ ਹਵਾਲੇ ਦੇ ਕੇ ਉਹਨਾਂ ਨੂੰ ਆਹ ਗੱਲ ਸਮਝਾਉਣਾ ਚਾਹੁੰਦੇ ਆ। ਇੱਥੇ ਇੱਕ ਹੋਰ ਮੈਂ ਧਿਆਨ ਦਵਾ ਦੇਵਾਂ ਕਿ ਨਾਨਕ ਦੁਖੀਆ ਸਭ ਸੰਸਾਰ, ਇੱਥੇ ਨਾਨਕ 'ਤੇ ਥੋੜ੍ਹਾ ਰੁਕਣਾ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਦੀ ਗੱਲ ਨਹੀਂ। ਰਾਈਟ, ਇਹ ਨਾਨਕ ਸਾਰਾ ਸੰਸਾਰ ਹੀ ਦੁਖੀ ਆ। ਕਿਹੜਾ ਸੰਸਾਰ? ਜਿਹੜਾ ਰੱਬ ਦੇ ਸਿਸਟਮ ਨੂੰ ਨਹੀਂ ਸਮਝ ਰਿਹਾ, ਠੀਕ, ਜਿਹਨੇ ਹੁਕਮ ਨੂੰ ਨਹੀਂ ਬੁੱਝਿਆ, ਨਹੀਂ ਸਮਝਿਆ, ਉਹ ਪ੍ਰਾਣੀ ਜਿਹੜੇ ਆ ਉਹ ਦੁਖੀ ਆ। ਜੀ ਇੱਥੇ ਸਾਰੀਆਂ ਉਦਾਹਰਨਾਂ ਜਿਹੜੀਆਂ ਉਹ ਹਿੰਦੂ ਮਥਿਆਲੋਜੀ ਵਿੱਚੋਂ ਦਿੱਤੀਆਂ ਗਈਆਂ, ਔਰ ਫਿਰ ਕੁਝ ਜਿਹੜੀਆਂ ਉਦਾਹਰਨਾਂ ਜਿਹੜੀਆਂ ਉਹ ਵਰਤਮਾਨ ਵਾਦ ਜਿਹੜੇ ਲੋਕ ਆ ਉਹਨਾਂ ਦੇ ਦਿੱਤੀਆਂ ਹੋਈਆਂ। ਜੀ ਇਸ ਤੋਂ ਅਗਲਾ ਜਿਹੜਾ ਉਹ ਕਿ ਇਸਲਾਮ ਦੇ ਪੈਰੋ ਕਰਨ ਆ ਗੱਲ ਆ, ਉੱਥੇ ਸ਼ਬਦਾਵਲੀ ਬਿਲਕੁਲ ਡਿਫਰੈਂਟ ਵਰਤੀ ਆ। ਰਾਈਟ, ਕਿ ਲੇਖਾ ਰੱਬ ਮੰਗੇਸੀ ਆ, ਬੈਠਾ ਕੱਢ ਬੇਹੀ, ਤਲਵਾਂ ਪਾਸ ਉਹਨੇ ਆਕੀਆਂ, ਬਾਕੀ ਜਿੰਨਾ ਰਹੀ, ਅਜ਼ਰਾਈਲ ਫਰਿਸ਼ਤਾ ਹੁਸੀ ਆਈ ਤੇ। ਠੀਕ, ਔਰ ਗੱਲ ਕੀ ਆ? ਕੂੜ ਨ ਖੋਟੇ ਨਾਨਕਾ ਓੜਕ ਸੱਚ ਰਹੀ। ਉੱਥੇ ਇਸਲਾਮਿਕ ਸ਼ਬਦਾਵਲੀ ਆ, ਉਹਨਾਂ ਦੇ ਜਿਹੜੇ ਵਿਸ਼ਵਾਸ ਆ ਉਹਨਾਂ ਵਿਸ਼ਵਾਸਾਂ ਨੂੰ ਆਧਾਰ ਬਣਾ ਉਹ ਸ਼ਬਦਾਵਲੀ ਦੀ ਵਰਤੋਂ ਕਰ ਗੁਰੂ ਸਾਹਿਬ ਉਹ ਗੱਲ ਉਹਨਾਂ ਨੂੰ ਸਮਝਾ ਰਹੇ ਆ। ਗੱਲ ਕੋਈ ਵੱਖਰੀ ਨਹੀਂ ਸਮਝਾ ਰਹੇ ਜੀ, ਗੱਲ ਇੱਕੋ ਹੀ ਆ। ਤੋ ਗੁਰਬਾਣੀ ਦਾ ਸੱਚ ਜਿਹੜਾ ਸਾਨੂੰ ਉਹਨੂੰ ਆਪ ਸਮਝਣ ਲਈ ਗੁਰਬਾਣੀ ਵਿੱਚੋਂ ਹੀ ਇਹਨਾਂ ਚੀਜ਼ਾਂ ਨੂੰ ਲੱਭਣ ਦੀ ਲੋੜ ਆ, ਨਾ ਕਿ ਇਹ ਤਰਕ ਦੇ ਕੇ ਕਿ ਜੀ ਗੁਰਬਾਣੀ ਵਿੱਚ ਲਿਖਿਆ ਹੋਇਆ। ਠੀਕ, ਲਿਖੇ ਹੋਏ ਨੂੰ ਧਿਆਨ ਵਿੱਚ ਰੱਖ ਕੇ ਇਹ ਸਮਝਣਾ ਕਿ ਇਹ ਕਿਸ ਪ੍ਰਕਰਨ ਵਿੱਚ ਆਇਆ, ਕਿਸ ਪ੍ਰਥਾ ਆਇਆ ਆਇਆ ਗੁਰੂ ਸਾਹਿਬ ਨੇ ਇੱਥੇ ਆਪਣਾ ਵਿਸ਼ਵਾਸ ਦਰਸਾ ਰਹੇ ਆ ਜਾਂ ਦੂਜਿਆਂ ਦੇ ਵਿਸ਼ਵਾਸ ਦੀ ਗੱਲ ਕਰ ਰਹੇ ਆ। ਜੀ ਇਹ ਸਾਰੀਆਂ ਗੱਲਾਂ ਸਾਨੂੰ ਕਿਤੋਂ ਬਾਹਰੋਂ ਨਹੀਂ, ਗੁਰਬਾਣੀ ਵਿੱਚੋਂ ਹੀ ਲੱਭਣੀਆਂ। ਠੀਕ, ਗੁਰਬਾਣੀ ਵਿੱਚੋਂ ਇਹਨਾਂ ਪ੍ਰਸ਼ਨਾਂ ਦਾ ਅਸੀਂ ਉੱਤਰ ਲੱਭਣਾ। ਅਸੀਂ ਆਮ ਤੌਰ 'ਤੇ ਜਿਹੜੇ ਆ ਉਹ ਕੇਵਲ ਅੱਖਰੀ ਅਰਥਾਂ 'ਚ ਉਲਝ ਕੇ ਰਹਿ ਜਾਂਦੇ ਹਾਂ ਜੀ, ਔਰ ਕਈ ਥਾਈਂ ਤਾਂ ਅੱਖਰੀ ਅਰਥ ਵੈਸੇ ਵੀ ਕੀਤੇ ਨਹੀਂ ਜਾ ਸਕਦੇ। ਠੀਕ, ਜਿੱਦਾਂ ਉਦਾਹਰਨ ਵਜੋਂ ਗੁਰੂ ਸਾਹਿਬ ਕਹਿੰਦੇ ਆ ਕਿ ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਪਰ ਅੱਗੇ ਕਹਿੰਦੇ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀ ਜੈ। ਜਿਹੜਾ ਤੈਨੂੰ ਰੱਬ ਦੀ ਗੱਲ ਆਖੇ ਜੀ, ਰੱਬ ਦੀ ਗੱਲ ਸੁਣਾਏ, ਰੱਬ ਨਾਲ ਜੋੜੇ, ਤਾਂ ਤੂੰ ਕੀ ਭੇਟਾ ਕਰੇ, ਤੂੰ ਉਹਦੀ ਕੀ ਸੇਵਾ ਕਰੇਗਾ? ਰਾਈਟ, ਤਾਂ ਮੈਂ ਕੀ ਸੇਵਾ ਕਰਾਂ? ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਕੀ ਦੇਈਏ? ਤੋ ਅੱਗੇ ਕਹਿੰਦੇ ਆ ਕਿ ਸੀਸ ਵੱਡੇ ਕਰ ਬੈਸਨ ਦੀਜੈ, ਕਿ ਸਿਰ ਵੱਢ ਕੇ ਜਿੱਥੇ ਸਿਰ ਲੱਗਾ ਆ ਉਸ ਥਾਂ 'ਤੇ ਉਹਨੂੰ ਬਿਠਾਈਏ, ਫਿਰ ਬਿਨ ਸਿਰ ਸੇਵ ਕਰੀ ਜੈ। ਜੀ, ਇੰਨਾ ਹੀ ਨਹੀਂ, ਫਿਰ ਬਿਨਾਂ ਸਿਰ ਤੋਂ ਉਹਦੀ ਸੇਵਾ ਕਰੀਏ। ਹੁਣ ਇਹ ਥੋੜ੍ਹੇ ਜਿਹੇ ਵੱਢ ਕੇ ਤੁਸੀਂ ਸੇਵਾ ਕਰ ਰਹੇ ਹੋ, ਮਤਲਬ ਆਪਣੀ ਹੋਮੇ ਖਤਮ ਕਰਕੇ ਗੱਲ ਇਹ ਸੀ ਕਿ ਤੁਸੀਂ ਜਿਹੜਾ ਆਪਣਾ ਆਪ ਮਿਟਾ ਕੇ, ਰਾਈਟ, ਆਪਣਾ ਆਪ ਨਿਵਾਰ ਕੇ ਆਪਣੀ ਮਤ ਛੱਡ ਕੇ ਉਹਦੀ ਮਤ ਲਓ ਜੀ, ਉਹਦੇ ਅਨੁਸ ਮਤ ਲੈ ਕੇ ਜੀਵਨ ਗੁਜ਼ਾਰਨਾ, ਇਸ ਨਾਲੋਂ ਵੱਡੀ ਉਹਨਾਂ ਦੀ ਕੋਈ ਭੇਟਾ ਨਹੀਂ। ਠੀਕ, ਇਹੀ ਉਹਨਾਂ ਦਾ ਅਸਲ ਸਤਿਕਾਰ ਆ ਜੀ, ਕਿ ਜੇ ਅਸੀਂ ਸਾਡੇ ਲਈ ਗੁਰੂ ਸਾਹਿਬਾਨ ਅਸਲ ਸਤਿਕਾਰ ਕੀ ਆ? ਕਿ ਅਸੀਂ ਗੁਰੂ ਸਾਹਿਬਾਨ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਇਹ ਫਿਰ ਜੋ ਬਾਣੀ ਵਿੱਚ ਆਖਿਆ ਉਹਨੂੰ ਆਪਣੇ ਜੀਵਨ 'ਚ ਅਪਣਾਈਏ। ਠੀਕ, ਇਹ ਸਭ ਤੋਂ ਵੱਡਾ ਗੁਰੂ ਸਾਹਿਬਾਨ ਦਾ ਸਤਿਕਾਰ ਆ। ਪਰ ਜੇਕਰ ਅਸੀਂ ਬਾਣੀ ਪੜ੍ਹਦੇ ਹਾਂ, ਮੱਥਾ ਵੀ ਟੇਕਦੇ ਹਾਂ, ਵਾਰ ਵਾਰ ਪੜ੍ਹਦੇ ਹਾਂ, ਜਾਂ ਗੁਰਦੁਆਰਾ ਸਾਹਿਬ ਜਾ ਕੇ ਰੁਮਾਲੇ ਵਧੀਆ ਚੜਾ ਦਿੰਦੇ ਹਾਂ, ਭੇਟਾ 'ਚ ਬਹੁਤ ਗੋਲ ਕੋਈ ਬਹੁਤ ਮਾਇਆ ਵੀ ਪਾ ਰਹੇ ਹਾਂ ਜੀ, ਹੋਰ ਵੀ ਬਹੁਤ ਦਾਨ ਪੁੰਨ ਕਰ ਰਹੇ ਹਾਂ, ਪਰ ਗੁਰੂ ਸਾਹਿਬਾਨ ਨੇ ਜੋ ਆਖਿਆ ਉਹ ਅਸੀਂ ਮੰਨ ਨਹੀਂ ਰਹੇ ਜੀ,
ਤਾਂ ਸਾਡਾ ਇਹ ਸਤਿਕਾਰ ਵੀ ਕਿਸੇ ਅਰਥ ਨਹੀਂ। ਐਬਸੋਲੂਟ ਹਾਂ, ਮੇਰੀਆਂ ਤੁਹਾਡੀਆਂ ਨਜ਼ਰਾਂ ਵਿੱਚ ਤਾਂ ਅਸੀਂ ਮਹਾਨ ਹੋ ਸਕਦੇ ਹਾਂ, ਸ਼ਰਧਾਲੂ ਹੋ ਸਕਦੇ ਹਾਂ, ਪਰ ਗੁਰੂ ਦੀਆਂ ਨਜ਼ਰਾਂ ਵਿੱਚ ਸਾਡਾ ਇਹ ਜਿਹੜਾ ਉਦਮ ਆ ਇਹ ਕਿਸੇ ਲੇਖੇ ਵਿੱਚ ਨਹੀਂ। ਬਿਲਕੁਲ। ਲੈਣੇ ਇੱਕ ਭਾਈ ਸਾਹਿਬ ਛੋਟੀ ਜਿਹੀ ਬ੍ਰੇਕ, ਕਿਉਂਕਿ ਸਮਾਂ ਹੈ ਬ੍ਰੇਕ ਦਾ, ਫਿਰ ਵਾਪਸ ਆ ਕੇ ਜੀ ਇਸੀ ਸਫ਼ਰ ਵਿੱਚ ਮੁੜ ਤੋਂ ਜੁੜਦੇ ਹਾਂ ਅਤੇ ਜਾਣਕਾਰੀ ਲੈਣੀ ਕਿ ਕਿਸ ਤਰੀਕੇ ਨਾਲ ਇਹ ਸਾਡੀ ਪਰਪੱਕਤਾ ਜਿਹੜੀ ਇਹ ਹੋਰ ਮਜ਼ਬੂਤ ਹੋਏ। ਅਤੇ ਖਾਸ ਤੌਰ ਦੇ ਉੱਤੇ ਇੱਕ ਹੋਰ ਸਵਾਲ ਜਿਹੜਾ ਆਮ ਤੌਰ ਦੇ ਉੱਤੇ ਮਨੌਤ ਨਾਲ ਜੋੜਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਉਡੀਕ ਰਹੇ ਨੇ ਹਜ਼ੂਰ ਸਾਹਿਬ, ਇਹ ਕਿੱਥੋਂ ਹੈ ਪ੍ਰਚਲਿਤ ਹੋ ਗਈ ਗੱਲਬਾਤ, ਇਸ ਪ੍ਰਤੀ ਕਿਸ ਤਰ੍ਹਾਂ ਅਸੀਂ ਸਵੇਰਤਾ ਨਾਲ ਕੰਮ ਕਰਨਾ, ਇਸ ਬਾਰੇ ਜਾਣਕਾਰੀ ਲੈਣੇ ਇਸ ਬ੍ਰੇਕ ਜੀ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਨਸਿਕ ਤੇ ਸਰੀਰਕ ਬਿਮਾਰੀਆਂ ਵਧ ਰਹੀਆਂ ਹਨ, ਪਰ ਇਸ ਦਾ ਇਲਾਜ ਆਰਗੈਨਿਕ ਗ੍ਰੋਸਰ ਕੋਲ ਹੈ। ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਆਰਗੈਨਿਕ ਡੇਅਰੀ ਪ੍ਰੋਡਿਊਸ, ਗ੍ਰੋਸਰੀ, ਕਲੀਨਿੰਗ ਸਪਲਾਈਜ਼, ਬਾਡੀ ਕੇਅਰ ਆਦਿ ਦਾ ਸਮਾਨ ਬਹੁਤ ਹੀ ਵਾਜਬ ਕੀਮਤਾਂ 'ਤੇ ਮਿਲਦਾ ਹੈ। ਕੁਆਲੀਫਾਈਡ ਸਟਾਫ ਨਾਲ ਮਸ਼ਵਰਾ ਕਰਕੇ ਤੁਸੀਂ ਹਰ ਕਿਸਮ ਦੀ ਬਿਮਾਰੀ ਲਈ ਵਧੀਆ ਸਪਲੀਮੈਂਟਸ ਲੈ ਸਕਦੇ ਹੋ। ਅੱਜ ਹੀ ਆਓ ਅਤੇ ਇਸ ਸ਼ੋਅ ਦਾ ਹਵਾਲਾ ਦੇਣ 'ਤੇ ਸਪੈਸ਼ਲ ਡਿਸਕਾਊਂਟ ਪਾਓ। ਹਾਈ ਐਵਰੀਬਾਡੀ, ਇਟਸ ਆਰ ਐਨੀਵਰਸਰੀ ਐਂਡ ਵੀ ਲਵ ਟੂ ਚੈਟ ਵਿਦ ਯੂ। ਕਮ ਇਨ ਟੂ ਦਿਸ ਸਟੋਰ ਐਂਡ ਆਸਕ ਅਸ ਆਲ ਯੂਰ ਹੈਲਥ ਕੁਐਸਚਨਸ। ਸੀ ਯੂ ਸੂਨ। ਗੁਰਬਾਣੀ ਇੱਕ ਜੀਵਨ ਜਾਂਚ ਹੈ ਅਤੇ ਇਸ ਜੀਵਨ ਜਾਂਚ ਦੇ ਉੱਤੇ ਤੁਰਨਾ ਸਾਨੂੰ ਆਪ ਹੀ ਪਏਗਾ। ਇਹ ਤਦ ਹੀ ਸੰਭਵ ਹੋਏਗਾ ਜੇਕਰ ਅਸੀਂ ਸਮਝ ਸਕੀਏ ਕਿ ਗੁਰੂ ਸਾਨੂੰ ਕੀ ਉਪਦੇਸ਼ ਕਰ ਰਿਹਾ। ਇਸ ਮਕਸਦ ਨਾਲ ਭਾਈ ਜਸਬੀਰ ਸਿੰਘ ਜੀ ਸਾਡੇ ਕੋਲ ਇੱਥੇ ਸਟੂਡੀਓ 'ਚ ਆ ਕੇ ਸਾਂਝ ਪਾਇਆ ਕਰਦੇ ਨੇ, ਤਾਂ ਉਹ ਇਸ ਸਫ਼ਰ ਵਿੱਚ ਹੋਰ ਜਾਣਕਾਰੀ ਲੈਂਦੇ ਹਾਂ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਅਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ। ਜੀ ਭਾਈ ਸਾਹਿਬ ਜੀ, ਤੁਸੀਂ ਗੱਲ ਉਠਾਈ ਸੀਗੀ ਹਜ਼ੂਰ ਸਾਹਿਬ ਬਾਰੇ ਜੀ, ਕਿ ਹਜ਼ੂਰ ਸਾਹਿਬ ਬਾਰੇ ਇਹ ਕਿਹਾ ਜਾਂਦਾ ਕਿ ਗੁਰੂ ਸਾਹਿਬਾਨ ਨੇ ਕਿਹਾ ਕਿ ਮੈਂ 60 ਸਾਲ ਤੱਕ ਸਿੱਖ ਨੂੰ ਉਡੀਕਦਾ। ਦੇਖੋ, ਕੁਝ ਗੱਲਾਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਕੋਈ ਅਧਿਆਤਮਕ ਕੋਈ ਮਹੱਤਵ ਨਹੀਂ ਹੁੰਦਾ, ਠੀਕ, ਔਰ ਨਾ ਹੀ ਉਹਨਾਂ ਵਿੱਚ ਉਸ ਪੱਖੋਂ ਕੋਈ ਸੱਚਾਈ ਹੁੰਦੀ ਆ, ਰਾਈਟ, ਪਰ ਫਿਰ ਵੀ ਉਹਨਾਂ ਦਾ ਜਿਹੜਾ ਸੰਬੰਧ ਆ ਉਸ ਕੌਮ ਨਾਲ, ਧਰਮ ਦੇ ਮੰਨਣ ਵਾਲਿਆਂ ਪੈਰੋਕਾਰਾਂ ਨਾਲ ਹੁੰਦਾ, ਔਰ ਉਹਦੇ ਇੱਕ ਕੋਈ ਕਾਰਨ ਹੁੰਦੇ ਆ ਜੀ। ਕੁਝ ਗੱਲਾਂ ਜਿਹੜੀਆਂ ਉਹ ਨੈਗੇਟਿਵ ਵੀ ਹੁੰਦੀਆਂ ਪਰ ਕੋਈ ਪੋਜ਼ਿਟਿਵ ਵੀ ਹੁੰਦੀਆਂ, ਰਾਈਟ। ਜਿਹੜੀ ਹਜ਼ੂਰ ਸਾਹਿਬ ਬਾਰੇ ਗੱਲ ਪ੍ਰਚਲਿਤ ਕਰ ਦਿੱਤੀ ਗਈ ਜੀ ਕਿ ਗੁਰੂ ਸਾਹਿਬਾਨ ਨੇ ਕਿਹਾ, ਪਹਿਲੀ ਗੱਲ ਖੈਰ ਅਸੀਂ ਇਹ ਸਮਝ ਲਈਏ ਕਿ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦਾ ਕਿਸੇ ਵੀ ਥਾਂ ਬਾਰੇ ਐਸਾ ਉਹਨਾਂ ਦਾ ਕੋਈ ਫੁਰਮਾਨ ਨਹੀਂ ਜੀ ਕਿ ਗੁਰੂ ਸਾਹਿਬਾਨ ਨੇ ਕਿਸੇ ਥਾਂ ਬਾਰੇ ਕਿਸੇ ਨੂੰ ਸਿੱਖ ਨੂੰ ਇਹ ਆਖਿਆ ਹੋਵੇ ਕਿ ਉਹ ਉਸ ਥਾਂ 'ਤੇ ਜ਼ਰੂਰ ਆਵੇ, ਨਹੀਂ। ਗੁਰੂ ਸਾਹਿਬਾਨ ਦਾ ਕੋਈ ਵੀ ਐਸਾ ਪਾਵਨ ਫੁਰਮਾਨ ਨਹੀਂ ਜੀ। ਹਾਂ, ਗੁਰਬਾਣੀ ਦੇ ਕੋਈ ਫੁਰਮਾਨ ਆ ਜਿਹੜੇ ਅਸੀਂ ਕਈ ਵਾਰਾਂ ਉਹਨਾਂ ਦਾ ਭਾਵ ਅਰਥ ਅਸੀਂ ਐਸਾ ਲੈ ਲੈਂਦੇ ਹਾਂ, ਜਿੱਦਾਂ ਰਾਮਦਾਸ ਸਰੋਵਰ ਨਾਤੇ ਦੀ ਗੱਲ ਆ, ਜਾਂ ਸਤਿਗੁਰੂ ਕਾ ਜੋ ਸਿੱਖ ਹੈ ਇਸ ਭਲਕੇ ਉੱਠਾ ਨਾਮ 'ਤੇ ਆਵੈ, ਫਿਰ ਇਹਦੇ 'ਚ ਅੰਮ੍ਰਿਤਸਰ ਨਾਵਾ ਗਿਆ ਆਉਂਦਾ, ਤਾਂ ਅਸੀਂ ਇਹਨਾਂ ਨੂੰ ਅੰਮ੍ਰਿਤਸਰ ਬਣ ਲਿਆ, ਸ਼ਾਇਦ ਅੰਮ੍ਰਿਤਸਰ ਸ਼ਹਿਰ ਦੀ ਗੱਲ ਆ, ਉੱਥੋਂ ਦੀ ਗੱਲ ਆ, ਜਾਂ ਰਾਮਦਾਸ ਸਰੋਵਰ ਦੀ ਗੱਲ ਆ ਜੀ, ਇਹ ਅਸੀਂ ਸਾਡੀ ਆਪਣੀ ਜਿਹੜੀ ਇੱਕ ਅਸੀਂ ਭਾਵਨਾ ਬਣਾ ਲਈ, ਇਹ ਭਾਵ ਲਿਆ ਕਿ ਗੁਰੂ ਸਾਹਿਬ ਜੀ ਨੇ ਇਹਨਾਂ ਥਾਵਾਂ ਬਾਰੇ ਆਖਿਆ ਜੀ, ਪਰ ਅੱਜ ਸਿੱਖ 'ਤੇ ਜਿਹੜਾ ਉਹ ਦੂਰ ਦੁਰਾਡੇ ਬੈਠਾ ਹੋਇਆ, ਔਰ ਸਿੱਖ ਨੇ ਤਾਂ ਹਰ ਰੋਜ਼ ਰਾਮਦਾਸ ਰੂਪ ਵਿੱਚ ਨਹਾਉਣਾ ਜੀ, ਇਤਿਹਾਸਿਕ ਮਹੱਤਤਾ ਦਾ ਇੱਕ ਪਹਿਲੂ ਆ, ਅਸੀਂ ਉਹਦੀ ਗੱਲ ਨਹੀਂ ਕਰ ਰਹੇ, ਰਾਈਟ, ਅਸੀਂ ਉਸ ਪਹਿਲੂ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਪਹਿਲੂ ਹਰ ਸਿੱਖ ਹਰ ਥਾਂ 'ਤੇ ਬੈਠਾ ਹੋਇਆ ਉਹਨੂੰ ਅਪਣਾ ਸਕਦਾ, ਰਾਈਟ। ਜਿਸ ਅੰਮ੍ਰਿਤਸਰ ਵਿੱਚ ਰੋਜ਼ ਨਹਾਉਣ ਦੀ ਗੱਲ ਆ, ਉਹ ਇੱਥੇ ਬੈਠਾ ਹੋਇਆ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਵਿਦੇਸ਼ਾਂ ਵਿੱਚ ਬੈਠਾ ਹੋਇਆ ਸਿੱਖ ਵੀ ਉਸ ਅੰਮ੍ਰਿਤਸਰ ਵਿੱਚ ਨਿੱਤ ਨਹਾ ਲਈ ਲਾ ਸਕਦਾ, ਔਰ ਨਹਾਉਂਦਾ ਜਦੋਂ ਉਹ ਬਾਣੀ ਨਾਲ ਜੁੜਦਾ ਜੀ, ਜਦੋਂ ਸਤਸੰਗ ਕਰਦਾ, ਆਪਣੀ ਹਉਮੈ ਛੱਡ ਆਪਣਾ ਆਪ ਨਿਵਾਰ ਗੁਰੂ ਦੀ ਭਾਵਨਾ ਸਮਝ ਕੇ, ਗੁਰੂ ਦੇ ਭਾਵ ਨੂੰ, ਗੁਰੂ ਦੇ ਸ਼ਬਦ ਨੂੰ ਅਪਣਾਉਂਦਾ, ਅਪਣਾ ਕੇ ਉਹਦੀ ਰੋਸ਼ਨੀ ਵਿੱਚ ਆ ਕਮਜ਼ੋਰੀਆਂ ਤੋਂ ਉੱਪਰ ਉੱਠਦਾ, ਤੋਂ ਆਪਣੀ ਮੈਲ ਲਾਉਣ ਦਾ ਉਪਰਾਲਾ ਕਰ ਰਿਹਾ ਹੁੰਦਾ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ, ਠੀਕ। ਤੋਂ ਇਸ ਲਈ ਕਈ ਵਾਰ ਅਸੀਂ ਸ਼ਬਦਾਂ ਨੂੰ ਉਸ ਪਾਸੇ ਜੋੜ ਲੈਂਦੇ ਹਾਂ ਜੀ, ਉਹਨਾਂ ਦੀ ਇਤਿਹਾਸਿਕ ਮਹੱਤਤਾ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਉਹ ਇੱਕ ਆਪਣਾ ਪਹਿਲੂ ਆ, ਰਾਈਟ, ਪਰ ਅਸੀਂ ਉਹਦੀ ਇਤਿਹਾਸਿਕ ਪਹਿਲੂ ਦੀ ਗੱਲ ਨਹੀਂ ਕਰ ਰਹੇ ਜੀ। ਗੁਰੂ ਸਾਹਿਬਾਨ ਦਾ ਕੋਈ ਵੀ ਐਸਾ ਆਦੇਸ਼ ਨਹੀਂ, ਪਰ ਕਿਉਂਕਿ ਹਜ਼ੂਰ ਉਹਨਾਂ ਸਮਿਆਂ ਵਿੱਚ ਆਵਾਜਾਈ ਦੇ ਅੱਜ ਵਰਗੇ ਸਾਧਨ ਨਹੀਂ ਸੀ ਜੀ, ਪਰ ਕਿਉਂਕਿ ਉਹ ਥਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧਿਤ ਥਾਂ, ਮਹਾਰਾਜ ਉੱਥੇ ਜੋਤੀ ਜੋਤ ਸਮਾਏ ਆ, ਉਸ ਸਮੇਂ ਮਹਾਰਾਜ ਦਾ ਜਿਹੜਾ ਸਿੱਖ ਸੀ ਉਹ ਵੀ ਉੱਥੇ ਰਹਿ ਗਏ ਆ, ਕਈ ਵਾਰ ਕਈ ਗੱਲਾਂ ਜਿਹੜੀਆਂ ਹੁੰਦੀਆਂ ਕਿ ਉਹ ਉਹਨਾਂ ਦਾ ਮਹੱਤਵ ਤਾਂ ਹੁੰਦਾ ਕਿ ਆਮ ਲੋਕਾਂ ਨੂੰ, ਉਸ ਕੌਮ ਨੂੰ, ਉਸ ਕੌ ਧਰਮ ਦੇ ਪੈਰੋਕਾਰਾਂ ਨੂੰ ਅਹਿਸਾਸ ਕਰਾਉਣ ਲਈ, ਉਹਨਾਂ ਦਾ ਤਾਲਮੇਲ ਉੱਥੇ ਦਾ ਕਾਇਮ ਰੱਖਣ ਲਈ ਜੀ, ਕਈ ਵਾਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਪ੍ਰਚਾਰੀਆਂ ਜਾਂਦੀਆਂ, ਠੀਕ। ਆਮ ਸਿੱਖਾਂ ਵਿੱਚ ਇਹ ਉਤਸ਼ਾਹ ਪੈਦਾ ਕਰਨ ਲਈ
ਕਿ ਹਜ਼ੂਰ ਸਾਹਿਬ ਵੀ ਸਾਡਾ ਥਾਂ, ਇੱਕ ਵਿਸ਼ੇਸ਼ ਥਾਂ ਜਿੱਥੇ ਗੁਰੂ ਮਹਾਰਾਜ ਜੋਤੀ ਜੋਤ ਸਮਾਏ ਆ ਜੀ, ਸਾਡੇ ਸਿੱਖ ਭਰਾ, ਸਾਡੇ ਪੰਥ ਦੇ ਕੁਝ ਮੈਂਬਰ ਉੱਥੇ ਵੀ ਰਹਿ ਰਹੇ ਆ, ਉੱਥੇ ਵੀ ਸਿੱਖ ਸੰਗਤਾਂ ਬੈਠੀਆਂ, ਰਾਈਟ, ਔਰ ਸਾਨੂੰ ਉਹਨਾਂ ਨਾਲ ਵੀ ਆਪਣਾ ਤਾਲਮੇਲ ਬਣਾਉਣ ਦੀ ਲੋੜ ਆ। ਠੀਕ, ਆਮ ਮਨੁੱਖ ਜਿਹੜਾ ਉਹ ਜਦੋਂ, ਇਹ ਵੀ ਇੱਕ ਜਿਹੜੀ ਕਿ ਉਹਨਾਂ ਦਾ ਇੱਕ ਮਨੋਵਿਗਿਆਨਿਕ ਪੱਖ ਹੀ ਆ ਕਿ ਆਮ ਸਿੱਧੀ ਗੱਲ ਕੋਈ ਮੇਰੇ ਵਰਗਾ ਆਖੇ ਤਾਂ ਉਹ ਆਮ ਲੋਕ ਨਹੀਂ ਬਿਲੀਵ ਕਰਦੇ, ਨਹੀਂ ਮੰਨਦੇ। ਅਤੇ ਫਿਰ ਉਹਨਾਂ ਲੋਕਾਂ ਨੇ ਕੀ ਕੀਤਾ ਕਿ ਉਹਨਾਂ ਨੇ ਗੁਰੂ ਸਾਹਿਬਾਨ ਦੇ ਮੂੰਹ ਵਿੱਚ ਪਾ ਕੇ ਉਹ ਗੱਲ ਆਖੋ ਕਢਵਾ ਦਿੱਤੀ। ਜਿਸ ਤਰ੍ਹਾਂ ਕੋਈ ਆਮ ਸਿੱਖ ਕਹਿੰਦਾ ਕਿ ਬਈ ਹਜ਼ੂਰ ਸਾਹਿਬ ਜਾਣਾ ਚਾਹੀਦਾ, ਸ਼ਾਇਦ ਕੋਈ ਇੰਨਾ ਬਹੁਤਾ ਧਿਆਨ ਨਾ ਦਿੰਦਾ, ਪਰ ਜਦੋਂ ਇਹ ਆਖਿਆ ਕਿ ਗੁਰੂ ਗੋਬਿੰਦ ਸਿੰਘ ਨੇ ਆਖਿਆ ਤਾਂ ਹਰ ਸਿੱਖ ਦੇ ਮਨ 'ਚ ਆ ਗਿਆ ਵੀ ਗੁਰੂ ਉਡੀਕਦਾ, ਅਜੇ ਗੁਰੂ ਤਾਂ ਹਰ ਥਾਂ ਹੀ ਆ। ਬਿਲਕੁਲ, ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਹੀ ਆ, ਬਾਕੀ ਥਾਵਾਂ 'ਤੇ ਨਹੀਂ, ਐਸੀ ਨਹੀਂ, ਐਸੀ ਕੋਈ ਗੱਲ ਨਹੀਂ। ਪਰ ਇਹ ਆਮ ਸਿੱਖਾਂ ਵਿੱਚ ਇਹ ਭਾਵਨਾ ਪੈਦਾ ਕਰਨ ਲਈ ਕਿ ਸਾਡੇ ਕਿਸੇ ਪੁਰਾਣੇ ਬਜ਼ੁਰਗ ਨੇ, ਵਡੇਰੇ ਨੇ ਇਹ ਗੱਲ ਜਿਹੜੀ ਆ ਉਹ ਪ੍ਰਚਾਰ ਦਿੱਤੀ, ਤਾਂ ਕਿ ਜਿਹੜੇ ਪੰਜਾਬ ਵਿੱਚ ਉਹ ਦੂਰ ਦੁਰਾਡੇ ਸਿੱਖ ਸੇਵਕ ਰਹਿ ਰਹੇ ਆ, ਸਿੱਖ ਸੰਗਤਾਂ, ਉਹ ਇਹਨਾਂ ਭਰਾਵਾਂ ਨੂੰ ਵੀ ਉਹਨਾਂ ਆਪਣਾ ਅੰਗ ਸਮਝ ਕੇ ਇਹਨਾਂ ਦਾ ਆਉਣਾ ਜਾਣਾ ਬਣਿਆ ਰਹੇ, ਤਾਂ ਕਿ ਇਹ ਆਪਸ ਵਿੱਚ ਜੁੜੇ ਰਹਿਣ, ਤਾਲਮੇਲ ਬਣਿਆ ਰਹੇ। ਉਹਦੇ ਵਿੱਚ ਜਿਹੜਾ ਉਹ ਆਰਥਿਕ ਪੱਖ ਵੀ ਸੀਗਾ, ਫਿਰ ਕੌਮੀ ਮਸਲਾ ਵੀ ਸੀਗਾ, ਫਿਰ ਆਪਣਾ ਜਿਹੜਾ ਸੱਭਿਆਚਾਰ ਆ, ਆਪਣਾ ਜਿਹੜਾ ਬਾਕੀ ਜੋ ਸਾਡੇ ਨਾਲ ਜੁੜਿਆ ਹੋਇਆ, ਉਹ ਤਾਂ ਹੀ ਸੰਭਵ ਸੀ ਜੇਕਰ ਅਸੀਂ ਇੱਕ ਦੂਜੇ ਨਾਲ ਮਿਲਦੇ ਜੁਲਦੇ, ਸਾਡਾ ਮੇਲ ਮਿਲਾਪ ਬਣਿਆ ਰਹਿੰਦਾ। ਤਾਂ ਇਹਦੇ ਵਿੱਚ ਇਹ ਭਾਵਨਾ ਨਹੀਂ, ਅਸਲ ਵਿੱਚ ਭਾਵਨਾ ਜਿਹੜੀ ਸੀ ਉਹ ਕੇਵਲ ਇੰਨੀ ਹੀ ਸੀ ਕਿ ਸਿੱਖ ਸੰਗਤਾਂ ਇਹਨੂੰ ਵੀ ਆਪਣਾ ਥਾਂ ਜਿਹੜਾ ਉਹ ਮਨ 'ਚ ਬਿਠਾਈ ਰੱਖਣ ਕਿ ਇਹ ਵੀ ਸਾਡਾ ਆਪਣਾ ਇੱਕ ਸਥਾਨ ਆ, ਸਾਡੇ ਵਿੱਚ ਉਂਝ ਤੀਰਥ ਯਾਤਰਾ ਦਾ ਮਕਸਦ ਜੋ ਦੂਜਿਆਂ ਵਿੱਚ ਆ, ਸਾਡੇ ਵਿੱਚ ਐਸਾ ਕੋਈ ਮਕਸਦ ਨਹੀਂ। ਪਰ ਜਿਹੜਾ ਇਹ ਪੱਖ ਹੈਗਾ ਕਿ ਜਿਹੜਾ ਪੁਰਾਣੇ ਸਮੇਂ ਵਿੱਚ ਖੈਰ ਆਰਥਿਕ ਪੱਖ ਜੁੜਿਆ ਹੁੰਦਾ ਸੀਗਾ, ਅਜੇ ਵੀ ਕਈ ਥਾਂ ਜਿਹੜਾ ਉਹ ਇਹ ਪੱਖ ਜੁੜਿਆ ਹੋਇਆ, ਮਤਲਬ ਕਈ ਪਹਿਲੂ ਹੈਗੇ ਆ, ਕੋਈ ਅਸੀਂ ਹਰ ਥਾਂ 'ਤੇ ਅਧਿਆਤਮ ਪੱਖ ਦੇਖਣ ਲੱਗ ਪੈਂਦੇ ਹਾਂ, ਹਰ ਥਾਂ ਅਧਿਆਤਮ ਪੱਖ ਦੀ ਗੱਲ ਨਹੀਂ ਹੁੰਦੀ। ਕਈ ਥਾਂ ਜਿਹੜੇ ਆ ਕਿ ਸਮਾਜਿਕ ਪੱਖ ਹੁੰਦੇ ਆ, ਰਾਜਨੀਤਿਕ ਪੱਖ ਹੁੰਦੇ ਆ, ਆਰਥਿਕ ਪਹਿਲੂ ਹੁੰਦੇ ਆ, ਭਾਈਚਾਰਕ ਜਿਹੜੇ ਉਹ ਉਹਨਾਂ ਦੀ ਗੱਲ ਹੁੰਦੀ ਆ, ਅਤੇ ਕਈ ਵਾਰ ਉਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਈ ਵਾਰ ਬਜ਼ੁਰਗ ਜਿਹੜੇ ਆ ਉਹ ਇਹੋ ਜਿਹੀਆਂ ਗੱਲਾਂ ਜੇ ਪ੍ਰਚਾਰ ਦਿੰਦੇ ਆ, ਔਰ ਕਈ ਜਿਹੜੇ ਉਹਨਾਂ ਨੂੰ ਅੱਖਰੀ ਅਰਥ ਲੈ ਕੇ ਉਹ ਵਿਸ਼ਵਾਸ ਕਰਨ ਲੱਗ ਪੈਂਦੇ ਆ ਕਿ ਉਹਨਾਂ ਦੇ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਆ। ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਨਹੀਂ ਉਡੀਕ ਰਹੇ, ਗੱਲ ਕੋਈ ਦੋ ਰਾਵਾਂ ਨਹੀਂ ਇਹਦੇ 'ਚ, ਪਰ ਜਿਹਨਾਂ ਲੋਕਾਂ ਨੇ ਪ੍ਰਚਾਰੀ ਆ ਉਹਨਾਂ ਨੇ ਸਿੱਖ ਪੰਥ ਨੂੰ ਆਪਣੇ ਜੇ ਉੱਥੇ ਭਰਾ ਬੈਠੇ ਆ ਉਹ ਤਾਂ ਕਿ ਉਹਨਾਂ ਨੂੰ ਖਬਰ ਮਿਲਦੀ ਰਹੇ, ਉਹਨਾਂ ਨੂੰ ਇੱਕ ਐਸਾ ਕੌਮੀ ਅਹਿਸਾਸ ਬਣਿਆ ਰਹੇ, ਉਹਨਾਂ ਦਾ ਆਰਥਿਕ ਪੱਖ ਉਹਨਾਂ ਦੇ ਹਾਲਾਤਾਂ ਤੋਂ ਉਹ ਜਾਣੂ ਹੋਣ, ਉਹ ਵੀ ਜਾਣੂ ਹੋਣ, ਤਾਂ ਕਿ ਆਪਸ ਵਿੱਚ ਜਿਹੜੀ ਸਿੱਖਾਂ ਦੀ ਇੱਕ ਦੂਰ ਦੁਰਾਡੇ ਬੈਠਿਆਂ ਵੀ ਸਾਂਝ ਬਣੀ ਰਹੇ। ਤਾਂ ਕਈ ਵਾਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਪ੍ਰਚਾਰੀਆਂ ਜਾਂਦੀਆਂ, ਔਰ ਨਾ ਗੁਰੂ ਸਾਹਿਬਾਨ ਦਾ ਵਰਤਿਆ ਜਾਂਦਾ, ਤਾਂ ਕਿ ਆਮ ਜਿਹੜਾ ਪੁਰਾਣੇ ਆ ਉਹ ਇਸ ਦ੍ਰਿੜਤਾ ਨਾਲ ਕਿ ਮੇਰੇ ਗੁਰੂ ਨੇ ਆਖਿਆ, ਇਸ ਲਈ ਅਸੀਂ ਦੇਖਦੇ ਹਾਂ ਕਿ ਪੁਰਾਣੇ ਬਜ਼ੁਰਗ ਹੁਣ ਤਾਂ ਨਹੀਂ, ਪਰ ਈਵਨ ਅੱਜ ਵੀ ਕਈ ਪੁਰਾਣੇ ਬਜ਼ੁਰਗ ਜਿਹੜੇ ਆ ਉਹ ਅਜੇ ਵੀ ਇਸ ਚੀਜ਼ ਨੂੰ ਹੂ ਬੂ ਇਸੇ ਰੂਪ ਵਿੱਚ ਮੰਨਦੇ ਆ, ਔਰ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਮਰਨ ਤੋਂ ਪਹਿਲਾਂ ਮੈਂ ਹਜ਼ੂਰ ਸਾਹਿਬ ਜ਼ਰੂਰ ਜਾਵਾਂ, ਪਰ ਇਹ ਉਹਨਾਂ ਉਹ ਜਜ਼ਬਾ ਉਸ ਗੱਲ ਨੇ ਪੈਦਾ ਕੀਤਾ ਆ। ਪਰ ਜਿਹੜਾ ਇਹ ਗੱਲ ਇਹ ਵੱਖਰਾ ਪਹਿਲੂ ਆ ਕਿ ਉੱਥੇ ਜਾਣ ਨਾਲ ਜੋ ਉੱਥੇ ਗੁਰੂ ਸਾਹਿਬਾਨ ਤਾਂ ਲਗਭਗ ਅਲੋਪ ਆ, ਉਹਨਾਂ ਦੀ ਸਿੱਖਿਆ, ਉਹਨਾਂ ਦੀ ਸ਼ਖਸੀਅਤ ਉਹਦੇ ਲਗਭਗ ਅਲੋਪ ਆ, ਉਹ ਵੱਖਰਾ ਪਹਿਲੂ ਆ। ਪਰ ਅਸੀਂ ਕੇਵਲ ਇਹਦੀ ਗੱਲ ਕਰ ਰਹੇ ਹਾਂ ਕਿ ਜੋ ਇਹ ਗੱਲ ਪ੍ਰਚਾਰੀ ਗਈ ਆ, ਜਿਸ ਲਈ ਪ੍ਰਚਾਰੀ ਗਈ ਸੀ ਉਹ ਗੈਪ ਆਣ ਕਰਕੇ ਹੁਣ ਵੀ ਅਸੀਂ ਦੇਖਦੇ ਹਾਂ ਕਿ ਸ਼ਾਇਦ ਮੇਰੇ ਵੀਰਾਂ ਭੈਣਾਂ ਨੂੰ ਹੈਰਾਨਗੀ ਹੋਵੇ ਸੁਣ ਕੇ ਕਈਆਂ ਨੂੰ ਕਿ ਅਜੇ ਵੀ ਪੰਜਾਬ ਨਾਲੋਂ ਵੱਧ ਸਿੱਖ ਜਿਹੜੇ ਉਹ ਦੱਖਣ ਵਿੱਚ ਬੈਠੇ ਹੋਏ ਆ, ਔਰ ਸਿੱਖੀ ਸਰੂਪ ਵਿੱਚ ਆ, ਸਿੱਖੀ ਸਰੂਪ ਜਿਹਨੂੰ ਗੱਲ ਕਰਦੇ ਆਪਾਂ ਕਿੱਸਾ ਦਾੜੀ ਵਾਲੇ ਆ, ਜਦਕਿ ਸਦੀਆਂ ਤੋਂ ਸਾਡਾ ਉਹਨਾਂ ਲਿੰਗ ਟੁੱਟਾ ਹੋਇਆ, ਪਰ ਫਿਰ ਵੀ ਉਹਨਾਂ ਨੇ ਇਹ ਪਰੰਪਰਾ, ਬਾਕੀ ਉਹਨਾਂ ਨੂੰ ਬਹੁਤਿਆਂ ਨੂੰ ਵੀ ਪਤਾ ਕੁਛ ਨਹੀਂ ਪਤਾ ਕੁਛ, ਬਸ ਥੋੜ੍ਹਾ ਬਹੁਤਾ ਉਹਨਾਂ ਨੇ ਮਾੜਾ ਮੋਟਾ ਪਤਾ ਕਿ ਅਸੀਂ ਗੁਰੂ ਕੇ ਸਿੱਖ ਹਾਂ, ਬਾਕੀ ਉਹਨਾਂ ਨੂੰ ਸਿੱਖਿਆ ਬਾਰੇ ਕਿਉਂਕਿ ਲਿੰਕ ਟੁੱਟ ਗਿਆ। ਜੇਕਰ ਅਸੀਂ ਜਿਹੜੇ ਜਾਣੇ ਵੀ ਹਾਂ, ਜਿਹੜੇ ਜਾਂਦੀ ਵੀ ਸਿੱਖ ਸੰਗਤਾਂ, ਉਹ ਹਜ਼ੂਰ ਸਾਹਿਬ ਦਰਸ਼ਨ ਕਰਕੇ ਅਤੇ ਵਾਪਸ ਮੁੜਾਉਂਦੀਆਂ, ਜਿਹੜੀ ਉਹ ਭਾਵਨਾ ਸੀਗੀ ਜਿਹੜੀ ਕਿ ਉਹ ਤਾਲਮੇਲ ਰੱਖਣ ਦੀ, ਜੁੜਨ ਦੀ, ਇੱਕ ਭਰਾਤਰੀ ਭਾਵ ਕਾਇਮ ਕਰਨ ਦੀ, ਕੌਮੀ ਤੌਰ 'ਤੇ ਇਕੱਠਿਆਂ ਹੋਣ ਦੀ, ਉਹ ਜਿਹੜੀ ਆ ਉਹ ਅਲੋਪ ਹੋ ਗਈ। ਅਤੇ ਇਸ ਲਈ ਜਿਹੜਾ ਇਹ ਭਾਵ ਆ, ਸਾਨੂੰ ਇਹਨੂੰ ਅਧਿਆਤਮ ਪੱਖੋਂ ਨਹੀਂ ਵੇਖਣ ਦੀ ਲੋੜ, ਨਾ ਇਹਦੀ ਅਧਿਆਤਮ ਪੱਖੋਂ ਹੋਵੇ ਜਿਹੜੀ ਉਹ ਕੋਈ ਮਹਾਨਤਾ ਜਾਂ ਪਹਿਲੂ ਆ, ਪਰ ਜਿਹਨਾਂ ਬਜ਼ੁਰਗਾਂ ਨੇ ਪ੍ਰਚਾਰੀ ਆ ਉਹਨਾਂ ਨੇ ਜ਼ਰੂਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਗੱਲ ਪ੍ਰਚਾਰੀ,
ਤਾਂ ਕਿ ਸਾਡਾ ਤਾਲਮੇਲ ਜਿਹੜੇ ਦੂਰ ਦੁਰਾਡੇ ਸਿੱਖ ਬੈਠੇ ਆ ਉਹਨਾਂ ਨਾਲ ਬਣਿਆ ਰਹੋ, ਸਿੱਖ ਸੰਗਤਾਂ ਇੱਥੇ ਆਉਣ, ਸਾਨੂੰ ਅਸੀਂ ਉਹਨਾਂ ਸਾਡਾ ਆਪਸ ਵਿੱਚ ਜਿਹੜਾ ਉਹ ਰਾਬਤਾ ਕਾਇਮ ਰਹੇ। ਬਿਲਕੁਲ, ਸੋ ਤਾਲਮੇਲ ਬਣੀ ਰਹੇ, ਇੱਕ ਵੱਖਰਾ ਉਹਨਾਂ ਦਾ ਮੁਫਾਦ ਸੀ ਜਿਸ ਕਰਕੇ ਉਹਨਾਂ ਨੇ ਸ਼ਾਇਦ ਇਹ, ਲੇਕਿਨ ਅੱਜ ਇਹ ਮਨੌਤਾਂ ਬਣ ਗਈਆਂ ਜਿਹਦੇ 'ਚ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ 'ਚ ਫਸ ਜਾਂਦੇ ਹਾਂ ਤਾਂ ਫਿਰ ਅਸੀਂ ਗੁਰਮਤ ਦਾ ਜਿਹੜਾ ਰਾਹ ਹੈਗਾ ਉਸ ਤੋਂ ਅਸੀਂ ਭਟਕ ਜਾਂਦੇ ਹਾਂ। ਕਿਉਂ ਹੁਣ ਜਿਹੜੇ ਲੋਕ ਜਿਹੜੇ, ਜੇ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਇਸ ਵੇ ਹਜ਼ੂਰ ਸਾਹਿਬ ਗੁਰੂ ਸਾਹਿਬਾਨ ਦੀਆਂ ਸਿੱਖਿਆ ਨਾ ਮਾਤਰ ਵੀ ਨਜ਼ਰ ਨਹੀਂ ਆਉਂਦੀਆਂ, ਠੀਕ, ਜਿਹੜਾ ਬਹੁਤ ਕੁਝ ਉੱਥੇ ਅਲੋਪ ਆ, ਰਾਈਟ, ਉੱਥੇ ਜ਼ਿਆਦਾਤਰ ਉਹੀ ਕੁਝ ਪ੍ਰਚਲਿਤ ਹੋ ਗਿਆ ਕਿ ਜਿਹਦਾ ਕਿ ਸਿੱਖੀ ਨਾਲ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ। ਰਾਈਟ, ਇਵਨ ਤੁਸੀਂ ਦੇਖਿਆ ਹੋਣਾ ਯੂਟਿਊਬ 'ਤੇ ਕਈਆਂ ਨੇ ਪਾਇਆ ਆ ਕਿ ਉਹ ਬੱਕਰਾ ਝਟਕਾਉਂਦੇ ਆ, ਉਹ ਫੜਫੜ ਉਹ ਸਿਰ ਪਾ ਕੇ ਫੜ ਉੱਥੇ ਲਿਕਲਾਉਂਦੇ ਆ, ਇਹਦਾ ਸਿੱਖੀ ਨਾਲ ਕੀ ਸੰਬੰਧ ਆ? ਬਿਲਕੁਲ, ਜੇਕਰ ਅਸੀਂ ਉਹ ਚੀਜ਼ ਭਾਵਨਾ ਬਜ਼ੁਰਗਾਂ ਦੀ ਸਮਝਦੇ ਕਿ ਅਸੀਂ ਜਾ ਕੇ ਸਿੱਖਿਆਵਾਂ ਆਪਸ ਵਿੱਚ ਸਾਂਝੀਆਂ ਕਰਦੇ, ਮਿਲ ਬੈਠਦੇ, ਵਿਚਾਰਾਂ ਕਰਦੇ, ਇੱਕ ਉਹ ਜਿਹੜਾ ਪਰਿਵਾਰਕ ਮਾਹੌਲ ਸਿਰਜਦੇ, ਅਤੇ ਇਹ ਗੱਲਾਂ ਉੱਥੇ ਨਾ ਹੁੰਦੀਆਂ। ਕਿਉਂਕਿ ਅਸੀਂ ਹੁਣ ਵੀ ਜਾਂਦੇ ਹਾਂ ਅੱਗੇ ਮੱਥਾ ਟੇਕ ਸ਼ਰਧਾ ਨਾਲ, ਜੋ ਕਿ ਹੈਗਾ ਤਿਲ ਫੁਲਪੇਟਾ ਕਰਕੇ ਬਸ ਸਮਝਦੇ ਹਾਂ ਸਾਡੀ ਯਾਤਰਾ ਸਫਲ ਹੋ ਗਈ, ਜਦਕਿ ਸਾਡੇ ਵਿੱਚ ਯਾਤਰਾ ਦਾ ਕਨਸੈਪਟ ਇਹ ਸੀ ਹੀ ਨਹੀਂ। ਸਾਡਾ ਜਿਹੜਾ ਇੱਕ ਉਹ ਕੌਮੀ ਏਕਤਾ ਵਾਲਾ, ਕੌਮੀ ਜਜ਼ਬੇ ਵਾਲਾ, ਇੱਕ ਭਰਾਤਰੀ ਭਾਵ ਵਾਲਾ ਜੀ, ਇਹ ਵੀ ਇੱਕ ਪੱਖ ਸੀਗਾ, ਤਾਂ ਕਿ ਸਾਡਾ ਆਪਸ ਵਿੱਚ ਤਾਲਮੇਲ ਜਿਹੜਾ ਉਹ ਇਸ ਪੱਖੋਂ ਬਣਿਆ ਰਹੇ। ਰਾਈਟ, ਪਰ ਅਸੀਂ ਜਿਹੜਾ ਉਹ ਪੱਖ ਜਿਹੜਾ ਸੀ ਉਹਨੂੰ ਤਕਰੀਬਨ ਲਗਭਗ ਅਸੀਂ ਛੱਡ ਹੀ ਦਿੱਤਾ, ਖਤਮ ਹੀ ਕਰ ਦਿੱਤਾ, ਸਾਡੇ ਵਿੱਚੋਂ ਅਲੋਪ ਹੀ ਹੋ ਗਿਆ। ਔਰ ਜਿਹੜੇ ਰਹਿ ਗਏ ਕਰਮਕਾਂਡ, ਔਰ ਕਰਮਕਾਂਡਾਂ ਨਾਂ 'ਤੇ ਇਹ ਵੀ ਜਿਹੜੀ ਇੱਕ ਜਿਹੜੀ ਪ੍ਰਚਲਿਤ ਗੱਲ ਸੀਗੀ ਕਿ ਗੁਰੂ ਸਾਡੇ ਨੇ ਆਖਿਆ ਮੈਂ ਜਾਣਾ, ਮੇਰੇ ਜਾਣ ਨਾਲ ਸਫਲਾ ਹੋ ਗਿਆ, ਮਤਲਬ ਸਾਡੀ ਇਹ ਭਾਵਨਾ ਬਣ ਗਈ ਕਿ ਬਸ ਹਜ਼ੂਰ ਸਾਹਿਬ ਜਾਏ ਤਾਂ ਬਸ ਸਾਡਾ ਜਨਮ ਸਫਲਾ ਹੋ ਗਿਆ। ਜਦਕਿ ਜਨਮ ਸਫਲਾ ਵਾਲੀ ਗੱਲ ਨਹੀਂ ਸੀ ਇਹਦੇ ਵਿੱਚ, ਇਹਦੇ 'ਚ ਕੋਈ ਇਹ ਪੱਖ ਨਹੀਂ ਸੀ ਕਿ ਅਸੀਂ ਉੱਥੇ ਗਏ ਤਾਂ ਜਨਮ ਸਫਲਾ ਨਾ ਗਏ ਤਾਂ ਸਾਡਾ ਜਨਮ ਅਸਫਲ ਹੋ ਗਿਆ। ਜਨਮ ਸਫਲਾ ਤਾਂ ਸਾਨੂੰ ਗੁਰੂ ਦੀ ਸਿੱਖਿਆ ਨੂੰ ਅਮਲੀ ਰੂਪ ਵਿੱਚ ਅਪਣਾਉਣ ਨਾਲ ਹੋਣਾ, ਨਾ ਕਿ ਕਿਸੇ ਥਾਂ ਦੀ ਯਾਤਰਾ ਕਰਨ ਨਾਲ ਹੋਣਾ। ਜਿਹੜਾ ਜਨਮ ਅਸਫਲ ਆ ਉਹ ਗੁਰੂ ਦੀ ਸਿੱਖਿਆ ਨਾ ਮੰਨਣ ਕਰਕੇ ਹੋਣਾ, ਨਾ ਕਿ ਇਸ ਲਈ ਹੋਣਾ ਕਿ ਅਸੀਂ ਹਜ਼ੂਰ ਸਾਹਿਬ ਨਹੀਂ ਗਏ। ਬਿਲਕੁਲ, ਕੋਈ ਯਾਤਰਾ ਦੇ ਨਾਲ ਸਾਡਾ ਜੀਵਨ ਨਹੀਂ ਸਫਲ, ਉਹਦੇ ਨਾਲ ਕੋਈ ਦੱਸੇ ਹੋਏ ਰਸਤੇ ਤੇ ਤੁਰ ਕੇ ਜਦੋਂ ਅਸੀਂ ਉਸਨੂੰ ਅਪਣਾਵਾਂਗੇ ਫਿਰ ਜਨਮ ਸਫਲ ਹੋਏਗਾ। ਇਹਨਾਂ ਇਸ਼ੂਜ਼ ਨੂੰ ਆਪਣੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਜ਼ਰੂਰ ਡਿਸਕਸ ਕਰਾਂਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਯਾਨੀ ਜਸਬੀਰ ਸਿੰਘ ਜੀ ਨੂੰ ਮਿਲਣਾ ਹੋਏ ਤਾਂ ਤੁਸੀਂ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਂਕੂਵਰ ਵਿੱਚ ਜਾ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਸ ਦੇ ਨਾਲ ਹੀ ਧੰਨਵਾਦ ਦੀ ਅਸੀਂ ਆਪਣੇ ਸਪੋਂਸਰ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਤੁਸੀਂ ਵੀ ਜੇਕਰ ਸਹਿਯੋਗ ਦੇਣਾ ਚਾਹੋ ਤਾਂ ਜ਼ਰੂਰ ਅੱਗੇ ਆਓ, ਕਿਉਂਕਿ ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀ ਵੀ ਤੋਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਬਣਾਉਣ ਵਿੱਚ ਤੁਹਾਡੇ ਤੱਕ ਲੈ ਕੇ ਹਰ ਰੋਜ਼ ਸ਼ਾਮਿਲ ਹੁੰਦੇ ਹਾਂ। ਇਸ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੋਏ ਤਾਂ ਜ਼ਰੂਰ ਸੰਪਰਕ ਕਰਨਾ। ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ। ਫੀਡਬੈਕ ਅਤੇ ਸਵਾਲਾਂ ਲਈ ਜ਼ਰੂਰ ਸੰਪਰਕ ਕਰਨਾ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।